ਦੋਸਤੋ ਅੱਜ ਤੁਹਾਡੇ ਵਾਸਤੇ ਬਹੁਤ ਹੀ ਸੌਖੀ ਜੀ ਅਤੇ ਬਗੈਰ ਸਕਿੱਲ ਤੋਂ ਅਰਨਿੰਗ ਕਰਨ ਵਾਲੀ ਵੈਬਸਾਈਟ ਲੈ ਕੇ ਆਇਆ ਵਾਂ। ਸੌਖਾ ਜਿਹਾ ਕੰਮ ਹੈ, ਇੱਕ ਵੈਬਸਾਈਟ 'ਚ ਚੀਜ਼ ਕਾਪੀ ਕਰਨੀ, ਦੂਜੀ ਵੈਬਸਾਈਟ 'ਤੇ ਜਾ ਕੇ ਪੇਸਟ ਕਰ ਦੇਣੀ ਹੈ। ਕਾਪੀ ਪੇਸਟ ਵਾਲਾ ਕੰਮ ਕਰਨਾ ਹੈ ਅਤੇ ਉਹਦੇ ਤੋਂ ਆਨਲਾਈਨ ਅਰਨਿੰਗ ਕਰਨੀ ਹੈ। ਕਿਹੜੀ ਵੈਬਸਾਈਟ ਹੈ, ਕੀ ਕੰਮ ਹੈ ਉਹਦੇ 'ਤੇ, ਅਰਨਿੰਗ ਕਿਸ ਤਰ੍ਹਾਂ ਹੋਣੀ ਹੈ, ਸਾਰ ਚੀਜ਼ ਮੁਕੰਮਲ ਡਿਟੇਲ ਦੇ ਨਾਲ ਇਸ ਵੀਡੀਓ ਵਿੱਚ। ਚਲੋ ਚੱਲਦੇ ਹਾਂ ਵੀਡੀਓ ਵੱਲ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ ਦੋਸਤੋ। ਦੋਸਤੋ ਮੈਂ ਤੁਹਾਨੂੰ ਪੰਜਾਬੀ ਦੇ ਨੰਬਰ 1 ਟੈਕ ਚੈਨਲ ਡਿਜੀਜ਼ੋਨ ਤੋਂ ਖੁਸ਼ਾਮਦੀਦ ਆਹਨਾ ਵਾਂ ਜੀ ਆਇਆਂ ਨੂੰ ਆਖਦਾ ਵਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ ਇੱਕ ਐਸੀ ਵੈਬਸਾਈਟ ਦੇ ਬਾਰੇ ਜਿਹਦੇ ਤੁਸੀਂ ਬਗੈਰ ਕਿਸੇ ਸਕਿੱਲ ਤੋਂ ਕੰਮ ਕਰੋਗੇ ਅਤੇ ਉਹਦੇ ਤੋਂ ਤੁਹਾਨੂੰ ਅਰਨਿੰਗ ਹੋਏਗੀ। ਅਤੇ ਦੋਸਤੋ ਬਿਨਾਂ ਟਾਈਮ ਜ਼ਾਇਆ ਕਿਤੇ ਚੱਲਦੇ ਹਾਂ ਅਸੀਂ ਵੈਬਸਾਈਟ 'ਤੇ ਅਤੇ ਜਾ ਕੇ ਆਪਣੀ ਅਰਨਿੰਗ ਸ਼ੁਰੂ ਕਰਦੇ ਹਾਂ। ਅੱਜ ਦੀ ਵੈਬਸਾਈਟ ਦਾ ਨਾਮ ਹੈ ਜ਼ੈਜ਼ਲ ZAZZLE। ਇਹ ਵੈਬਸਾਈਟ ਸਾਡੇ ਸਾਹਮਣੇ ਖੁੱਲ੍ਹ ਗਈ ਹੈ ਅਤੇ ਐਪ ਵਾਲੇ ਲਿੰਕ 'ਤੇ ਕਲਿੱਕ ਕਰਕੇ ਓਪਨ ਕਰ ਲੈਣਾ। ਦੋਸਤੋ ਸਾਡੇ ਸਾਹਮਣੇ ਵੈਬਸਾਈਟ ਓਪਨ ਹੋ ਗਈ, ਸਾਡੇ ਸਾਹਮਣੇ ਵੈਬਸਾਈਟ ਖੁੱਲ੍ਹ ਗਈ ਹੈ ਅਤੇ ਇੱਥੇ ਸਭ ਤੋਂ ਪਹਿਲਾਂ ਅਸਾਂ ਕੰਮ ਕੀ ਕਰਨਾ ਜੀ, ਅਸਾਂ ਇੱਥੇ ਸਾਈਨ ਅਪ ਕਰਨਾ। ਇੱਥੇ ਕਹਿੰਦੇ ਆਪਣੇ ਈਮੇਲ ਐਡਰੈਸ ਅਤੇ ਪਾਸਵਰਡ ਦਿਓ ਤਾਂ ਕਿ ਤੁਹਾਨੂੰ ਸਾਈਨ ਇਨ ਕਰੀਏ ਅਤੇ ਅਸਾਂ ਇਹ ਸਾਈਨ ਇਨ ਕਰਨਾ, ਅਸਾਂ ਰਜਿਸਟਰ ਕਰਨਾ ਅਤੇ ਰਜਿਸਟਰ 'ਤੇ ਕਲਿੱਕ ਕਰ ਲੈਣਾ। ਰਜਿਸਟਰ 'ਤੇ ਕਲਿੱਕ ਕਰਨ ਤੋਂ ਬਾਅਦ ਉਹ ਕਹਿ ਰਹੇ ਜੀ ਆਪਣਾ ਈਮੇਲ ਐਡਰੈਸ ਦਿਓ ਅਤੇ ਅਸੀਂ ਕੀ ਕਰਨਾ ਜੀ ਆਪਣਾ ਈਮੇਲ ਐਡਰੈਸ ਇੱਥੇ ਲਿਖ ਦਿੰਦੇ ਹਾਂ ਜੀ। ਸਾਡੇ ਕੋਲ ਈਮੇਲ ਐਡਰੈਸ ਕੀ ਹੈ ਜੀ B6887536। ਪਾਸਵਰਡ ਲਿਖ ਲਿਆ, ਉਸ ਤੋਂ ਬਾਅਦ ਚੈੱਕ ਕਰ ਦਿੱਤਾ ਅਤੇ ਕ੍ਰੀਏਟ ਨਿਊ ਅਕਾਊਂਟ 'ਤੇ ਕਲਿੱਕ ਕਰ ਦਿੱਤਾ। ਇੰਨਾ ਕੁ ਕੰਮ, ਸਾਡਾ ਅਕਾਊਂਟ ਬਣ ਗਿਆ। ਪਾਸਵਰਡ ਸੇਵ ਕਰਨਾ ਸੇਵ ਕਰ ਲਓ, ਨਹੀਂ ਕਰਨਾ ਨਾ ਕਰੋ। ਅਤੇ ਉਸ ਤੋਂ ਬਾਅਦ ਆ ਗਿਆ ਜੀ ਫਸਟ ਨੇਮ, ਇੱਥੇ ਆਪਣਾ ਨੇਮ ਲਿਖ ਲਿਆ ਅਤੇ ਇੱਥੇ ਲਾਸਟ ਨੇਮ ਲਿਖਿਆ ਅਤੇ ਇਹਨੂੰ ਓਕੇ ਕਰ ਦਿੱਤਾ। ਉਸ ਤੋਂ ਬਾਅਦ ਓਕੇ ਕਹਿ ਰਹੇ ਨੇ ਕਿ ਈਮੇਲ ਨੂੰ ਵੈਰੀਫਾਈ ਕਰਨਾ ਪੈਣਾ ਹੈ ਅਤੇ ਇੱਥੇ ਕੰਟੀਨਿਊ ਕੀਤਾ, ਈਮੇਲ ਨੂੰ ਵੈਰੀਫਾਈ ਕੀਤਾ ਅਤੇ ਉਸ ਤੋਂ ਬਾਅਦ ਸਾਡਾ ਕੰਮ ਸ਼ੁਰੂ ਹੋ ਗਿਆ। ਈਮੇਲ ਨੂੰ ਵੈਰੀਫਾਈ ਕਰਨ ਵਾਸਤੇ ਇੱਥੇ ਤੁਸੀਂ ਕੀ ਕਰਨਾ, ਜਿਹੜੀ ਤੁਸੀਂ ਈਮੇਲ ਲਿੱਤੀ ਉਹਦੇ ਵਿੱਚ ਇੱਕ ਲਿੰਕ ਆਇਆ ਹੋਵੇਗਾ, ਉਸ ਲਿੰਕ ਨੂੰ ਕਲਿੱਕ ਕਰਨਾ ਹੈ, ਉਹਨੂੰ ਐਕਟੀਵੇਟ ਕਰ ਲੈਣਾ ਅਤੇ ਸਾਡਾ ਅਕਾਊਂਟ ਐਕਟੀਵੇਟ ਹੋ ਜਾਏਗਾ। ਆਪਣੀ ਜੀਮੇਲ ਵਿੱਚ ਜਾਂਦੇ ਹਾਂ ਅਤੇ ਜੀਮੇਲ ਨੂੰ ਜਾ ਕੇ ਚੈੱਕ ਕਰਨੇ ਹਾਂ ਅਤੇ ਆਪਣੇ ਅਕਾਊਂਟ ਨੂੰ ਵੈਰੀਫਾਈ ਕਰਨੇ ਹਾਂ। ਜੀ ਦੋਸਤੋ ਸਾਈਨ ਅਪ ਕਰਨ ਤੋਂ ਬਾਅਦ, ਲੌਗਇਨ ਕਰਨ ਤੋਂ ਬਾਅਦ ਇਹ ਸਾਡੀ ਪ੍ਰੋਫਾਈਲ ਸਾਡੇ ਸਾਹਮਣੇ ਆ ਗਈ ਅਤੇ ਇੱਥੇ ਬਿਨਾਂ ਟਾਈਮ ਜਾਇਆ ਕਿਤੇ ਜਾਣਾ ਅਸਾਂ ਕ੍ਰੀਏਟ ਯੂਅਰ ਓਨ 'ਤੇ ਅਤੇ ਉੱਥੋਂ ਅਸਾਂ ਕੋਈ ਵੀ ਚੀਜ਼ ਸਿਲੈਕਟ ਕਰ ਲੈਣੀ। ਇਹਦੇ ਵਿੱਚ ਕਾਫੀ ਸਾਰੀਆਂ ਕੈਟਾਗਰੀਆਂ ਨੇ, ਉਹਨਾਂ ਵਿੱਚ ਤੁਸੀਂ ਕੋਈ ਵੀ ਸਿਲੈਕਟ ਕਰ ਸਕਦੇ ਹੋ। ਤੁਸੀਂ ਗ੍ਰੀਟਿੰਗ ਕਾਰਡ ਡਿਜ਼ਾਇਨ ਕਰਨਾ ਚਾਹੁੰਦੇ ਹੋ, ਉਹ ਸਿਲੈਕਟ ਕਰ ਲਓ। ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਚੀਜ਼, ਤੁਸੀਂ ਮਗਸ ਡਿਜ਼ਾਇਨ ਕਰਨਾ ਚਾਹੁੰਦੇ ਹੋ, ਉਹ ਸਿਲੈਕਟ ਕਰ ਸਕਦੇ ਹੋ। ਅਸੀਂ ਇੱਥੇ ਕਰਾਂਗੇ ਟੀ ਸ਼ਰਟ ਤੁਹਾਨੂੰ ਮੈਂ ਐਗਜ਼ਾਮਪਲ ਦੇ ਤੌਰ 'ਤੇ ਦੱਸ ਦੇਣਾ ਕਿ ਤੁਸੀਂ ਇਹਦੇ 'ਤੇ ਕਿਸ ਤਰ੍ਹਾਂ ਕੰਮ ਕਰਕੇ ਇੱਥੇ ਚੀਜ਼ਾਂ ਨੂੰ ਡਿਜ਼ਾਇਨ ਕਰਕੇ ਅਪਲੋਡ ਕਰਨਾ ਹੈ। ਜਿਹਨਾਂ ਜੋ ਸੇਲ ਹੋਣ ਦੀਆਂ ਉਸੇ ਤਰ੍ਹਾਂ ਤੁਹਾਨੂੰ ਉਹਨਾਂ ਦੇ ਪੈਸੇ ਮਿਲਦੇ ਰਹਿਣ ਦੇ। ਸੇਲ ਤੁਸੀਂ ਨਹੀਂ ਕਰਨੀਆਂ, ਸੇਲ ਵੈਬਸਾਈਟ ਨੇ ਆਪੇ ਕਰਨੀਆਂ ਨੇ, ਤੁਸੀਂ ਸਿਰਫ ਡਿਜ਼ਾਇਨ ਕਰਕੇ ਉਹਨਾਂ ਦੇ ਦੇਣਾ। ਇੱਥੇ ਅਸਾਂ ਇਹਨਾਂ ਵਿੱਚ ਕੋਈ ਵੀ ਇੱਕ ਡਿਜ਼ਾਇਨ ਸਿਲੈਕਟ ਕਰ ਲੈਣਾ ਅਤੇ ਉਸ ਤੋਂ ਬਾਅਦ ਅਸਾਂ ਇੱਥੇ ਲਿਖਣਾ, ਥੱਲੇ ਲਿਖਿਆ ਕ੍ਰੀਏਟ ਯੂਅਰ ਓਨ, ਉਹਦੇ ਉੱਤੇ ਅਸਾਂ ਕਲਿੱਕ ਕਰ ਲੈਣਾ। ਉਹਦੇ 'ਤੇ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਸਾਹਮਣੇ ਕੀ ਆ ਗਿਆ ਜੀ, ਕਸਟਮਾਈਜ਼ ਦਿਸ ਡਿਜ਼ਾਇਨ, ਇਹਦੇ ਕਲਿੱਕ ਕਰ ਲੈਣਾ। ਅਤੇ ਇੱਥੇ ਕੀ ਕਰਨਾ ਜੀ, ਤਸਵੀਰ ਅਪਲੋਡ ਕਰ ਲੈਣੀ ਹੈ, ਅਗਰ ਤੁਹਾਡੇ ਕੋਲ ਮੋਬਾਈਲ ਤਾਂ ਮੋਬਾਈਲ ਤੋਂ ਅਪਲੋਡ ਕਰ ਲਓ, ਜਾਂ ਇੱਥੇ ਅਪਲੋਡ ਇਮੇਜ 'ਤੇ ਕਲਿੱਕ ਕਰੋ। ਅਤੇ ਮੈਂ ਅਪਲੋਡ ਇਮੇਜ 'ਤੇ ਕਲਿੱਕ ਕਰਕੇ ਇਹ ਡਿਜ਼ਾਇਨ ਮੈਂ ਅਪਲੋਡ ਕੀਤੇ ਹੈ, ਇਹਨੂੰ ਸਿਲੈਕਟ ਕਰ ਲੈਣਾ ਅਤੇ ਇਹ ਇੱਥੇ ਆਟੋਮੈਟਿਕਲੀ ਸੈੱਟ ਹੋ ਜਾਏਗਾ। ਉਹਨੂੰ ਸਾਰੀ ਰੀਸਾਈਜ਼ ਕਰਨਾ, ਛੋਟਾ ਵੱਡਾ ਕਰਨਾ, ਤੁਸੀਂ ਉਹ ਵੀ ਕਰ ਸਕਦੇ ਹੋ। ਇਹਨੂੰ ਇੱਥੇ ਕੀ ਕਰਨਾ, ਥੋੜ੍ਹਾ ਕੁ ਵੱਡਾ ਕਰ ਲੈਂਦੇ ਹਾਂ। ਇਹ ਸਾਡਾ ਡਿਜ਼ਾਇਨ ਸੈੱਟ ਹੋ ਗਿਆ, ਉਸ ਤੋਂ ਬਾਅਦ ਕਰਨਾ ਜੀ ਡਨ 'ਤੇ ਕਲਿੱਕ ਕਰ ਦੇਣਾ।
ਡਨ 'ਤੇ ਕਰਨ ਤੋਂ ਬਾਅਦ ਅਸਾਂ ਕੀ ਕਰਨਾ ਜੀ, ਇਹਨੂੰ ਇਸ ਬਟਨ 'ਤੇ ਕਲਿੱਕ ਕਰ ਲੈਣਾ। ਉਸ ਤੋਂ ਬਾਅਦ ਅਸਾਂ ਇੱਥੇ ਟਾਈਟਲ ਦੇਣਾ ਇਹਦਾ, ਇਹਦੇ ਕੁਝ ਟੈਗਸ ਐਡ ਕਰਨੇ ਨੇ ਅਤੇ ਇਹਨੂੰ ਸੇਲ ਵਾਸਤੇ ਲਗਾ ਦੇਣਾ। ਚਾਈਲਡ ਟੀ ਸ਼ਰਟ, ਉਸ ਤੋਂ ਬਾਅਦ ਕੀ ਕਹਿ ਰਿਹਾ ਕਿ ਮਾਰਕੀਟ ਪਲੇਸ ਡਿਪਾਰਟਮੈਂਟ ਦਾ ਸਵਾਲ ਆਪਣਾ, ਸਾਡਾ ਡਿਪਾਰਟਮੈਂਟ ਕਲਾਥਿੰਗ ਦੇ ਰਿਲੇਟਡ ਹੀ ਇਹਨੂੰ ਸਿਲੈਕਟ ਕਰ ਲਿਆ। ਉਸ ਤੋਂ ਬਾਅਦ ਆ ਗਿਆ ਡਿਸਕ੍ਰਿਪਸ਼ਨ, ਇੱਥੇ ਡਿਸਕ੍ਰਿਪਸ਼ਨ ਦੱਸ ਦਿਓ ਜੀ, ਸੈਲੀਬ੍ਰੇਸ਼ਨ ਆਫ 14th August। ਅੱਛਾ ਜੀ, ਉਸ ਤੋਂ ਬਾਅਦ ਉਹ ਕੀ ਕਹਿ ਰਿਹਾ ਇਵੈਂਟਸ ਐਂਡ ਓਕੇਸ਼ਨ ਇਹ ਸਿਲੈਕਟ ਕਰ ਲਿਆ, ਕੋਈ ਵੀ ਇੱਕ ਉਹਦੀ ਕੈਟਾਗਰੀ ਉਹਦੇ ਰਿਲੇਟਡ ਸਿਲੈਕਟ ਕਰਨੀ ਹੈ। ਐਕਸਪ੍ਰੈਸ਼ਨਸ, ਅਤੇ ਅਸੀਂ ਤਾਂ ਆਪਣੇ ਐਕਸਪ੍ਰੈਸ਼ਨ ਦਿੰਦੇ ਹਾਂ ਜੀ ਇਹਨਾਂ ਨੂੰ ਕਿ ਸਾਡਾ ਐਕਸਪ੍ਰੈਸ਼ਨ ਹੈ ਜੀ ਲਵ ਦਾ। ਉਸ ਤੋਂ ਬਾਅਦ ਅਗਲੀ ਕੈਟਾਗਰੀ ਕਰ ਲੈਣਾ ਜੀ ਫਾਰਐਵਰ ਲਵ, ਉਸ ਤੋਂ ਬਾਅਦ ਓਕੇ ਕਰ ਦੇਣਾ, ਇਹ ਸਿਲੈਕਟ ਹੋ ਗਈ। ਹੋਰ ਇਹਦਾ ਕੀ ਹੈ ਜੀ ਰਿਸੈਪਸ਼ੀਅੰਟ ਫਾਰ ਐਨੀਮਲ ਐਨੀ ਪਰਸਨ, ਓਕੇ। ਉਸ ਤੋਂ ਬਾਅਦ ਟੈਗਸ ਐਡ ਕਰ ਲੈਣੇ ਨੇ ਜੀ, ਜਿੱਥੇ ਕੋਈ ਵੀ ਟੈਗਸ ਲਿਖ ਕੇ ਐਂਟਰ ਦਬਾਉਣੇ ਟੈਗਸ ਐਡ ਹੋ ਜਾਣਗੇ, ਤੁਸੀਂ 10 ਟੈਗ ਐਡ ਕਰ ਸਕਦੇ ਹੋ। ਉਸ ਬਾਅਦ ਅਸੀਂ ਸਿਲੈਕਟ ਕਰ ਲੈਣੀ ਆਡੀਅੰਸ ਪਬਲਿਕਲੀ ਪ੍ਰੋਡਕਟ, ਇੱਥੇ ਪਬਲਿਕ ਸਿਲੈਕਟ ਕਰ ਲੈਣਾ ਕਿ ਕੋਈ ਵੀ ਬੰਦਾ ਜਿਹੜਾ ਇਸ ਵੈਬਸਾਈਟ 'ਤੇ ਆਵੇ ਇਹਨੂੰ ਵੇਖ ਕੇ ਅਤੇ ਖਰੀਦ ਸਕੇ, ਠੀਕ ਹੈ। ਉਸ ਤੋਂ ਬਾਅਦ ਇੱਥੇ ਪਰਸੈਂਟੇਜ ਸੈੱਟ ਕਰ ਲੈਣੀ, 5 ਥੋੜ੍ਹੀ ਅਸੀਂ ਕਰਨੀ ਆ 10 ਕਰ ਲੈਂਦੇ ਹਾਂ, ਠੀਕ ਹੈ। ਕੋਈ ਵੀ ਚੀਜ਼ ਸੇਲ ਹੋਵੇਗੀ 10% ਤੁਹਾਨੂੰ ਸਿਰਫ ਡਿਜ਼ਾਇਨ ਦਾ ਮਿਲ ਜਾਏਗਾ। ਉਸ ਤੋਂ ਬਾਅਦ ਇਹਦੇ ਕਲਿੱਕ ਕਰ ਦੇਣਾ, ਚੈੱਕ ਕਰਨ ਤੋਂ ਬਾਅਦ ਪੋਸਟ ਇਟ 'ਤੇ ਕਲਿੱਕ ਕਰ ਦੇਣਾ ਜੀ। ਦੋਸਤੋ ਤਕਰੀਬਨ 10 ਮਿੰਟ ਲੱਗੇ ਨੇ, 15 ਮਿੰਟ ਲੱਗੇ ਨੇ ਅਤੇ ਸਾਡਾ ਇੱਕ ਡਿਜ਼ਾਇਨ ਓਕੇ ਹੋ ਗਿਆ। ਤੁਸੀਂ ਡੇਲੀ ਦੇ 15, 20, 25 ਜਿੰਨੇ ਚਾਹੋ ਕਰ ਸਕਦੇ ਹੋ। ਜਿੰਨੇ ਜ਼ਿਆਦਾ ਤੁਹਾਡੇ ਡਿਜ਼ਾਇਨ ਹੋਣਗੇ ਉਨੀ ਜ਼ਿਆਦਾ ਤੁਹਾਡੀ ਸੇਲ ਹੋਏਗੀ, ਉਨੀ ਜ਼ਿਆਦਾ ਤੁਹਾਡੀ ਅਰਨਿੰਗ ਹੋਏਗੀ। ਇਸ ਵਾਸਤੇ ਬਿਨਾਂ ਟਾਈਮ ਜ਼ਾਇਆ ਕੀਤੇ ਤੁਸੀਂ ਇਹਦੇ ਉੱਤੇ ਆਪਣਾ ਅਕਾਊਂਟ ਬਣਾਓ ਅਤੇ ਇਹਦੇ ਉੱਤੇ ਆਪਣੀ ਡਿਜ਼ਾਇਨ ਅਪਲੋਡ ਕਰਨੇ ਸ਼ੁਰੂ ਕਰੋ, ਡਿਜ਼ਾਇਨਿੰਗ ਕਰਨੇ ਸ਼ੁਰੂ ਕਰੋ। ਅਤੇ ਡਿਜ਼ਾਇਨਿੰਗ ਕਰਨੀ ਵੀ ਔਖੀ ਕੋਈ ਨਹੀਂ, ਤੁਹਾਡਾ ਸਾਊਂਡ ਮੈਂ ਡਿਜ਼ਾਇਨ ਕੀਤਾ, ਬਿਲਕੁਲ ਸੌਖਾ ਜਿਹਾ ਕੰਮ ਹੈ। ਕੋਈ ਵੀ ਤਸਵੀਰ ਡਾਊਨਲੋਡ ਕੀਤੀ, ਉਹਨੂੰ ਅਪਲੋਡ ਕੀਤਾ ਅਤੇ ਡਿਜ਼ਾਇਨ ਬਣ ਗਿਆ, ਤੋ ਜਿਉਂ ਜਿਉਂ ਸੇਲ ਹੁੰਦੀ ਜਾਏਗੀ ਉਸੇ ਤਰ੍ਹਾਂ ਤੁਹਾਨੂੰ ਅਰਨਿੰਗ ਆਉਂਦੀ ਰਹੇਗੀ। ਅਤੇ ਹੋਰ ਤਾਂ ਇੱਕ ਚੀਜ਼ ਜ਼ਿਹਨ 'ਚ ਰੱਖਣੀ ਹੈ, ਇਸ ਵੈਬਸਾਈਟ ਤੋਂ ਪਰਚੇਜ਼ ਕਰਨ ਵਾਲੇ ਖਰੀਦਣ ਵਾਲੇ ਜ਼ਿਆਦਾਤਰ ਯੂਰਪੀਅਨ ਨੇ, ਬਾਹਰ ਵਾਲੀ ਕੰਟਰੀਜ਼ ਦੇ ਨੇ, ਅਤੇ ਤੁਸੀਂ ਕੀ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਦੇ ਇੰਟਰਸਟ ਦੇ ਹਿਸਾਬ ਨਾਲ ਡਿਜ਼ਾਇਨਿੰਗ ਕਰਨੀ ਹੈ, ਠੀਕ ਹੈ। ਮੈਂ ਸਿਰਫ ਐਜ਼ ਅ ਸੈਂਪਲ ਤੁਹਾਨੂੰ ਸਾਰਾ ਤਰੀਕਾ ਦੱਸਿਆ, ਤੁਸੀਂ ਉਹਨਾਂ ਦੇ ਇੰਟਰਸਟ ਦੇ ਹਿਸਾਬ ਨਾਲ ਡਿਜ਼ਾਇਨਿੰਗ ਕਰਨੀ ਹੈ, ਪ੍ਰੋਡਕਟ ਸਿਲੈਕਟ ਕਰਨੀ ਹੈ। ਇਹ ਸਾਡਾ ਕੰਮ ਹੋ ਗਿਆ, ਕੰਮ ਕਰਨਾ ਕੀ ਹੈ। ਉਸ ਤੋਂ ਬਾਅਦ ਅਸੀਂ ਕਰਨਾ ਕਿ ਕੰਮ ਕਰਨ ਤੋਂ ਬਾਅਦ ਪੈਸੇ ਆਉਣ ਤੋਂ ਬਾਅਦ ਪੈਸੇ ਕਢਾਉਣੇ ਕਿਸ ਤਰ੍ਹਾਂ ਨੇ, ਕਿਸ ਕਿਹੜੇ ਤਰੀਕੇ ਦੇ ਨਾਲ ਅਸੀਂ ਪੈਸੇ ਲੈ ਸਕਦੇ ਹਾਂ। ਉਹਦੇ ਵਾਸਤੇ ਕੀ ਕਰਨਾ, ਅਸੀਂ ਵਾਪਸ ਆਪਣੇ ਵੈਬਸਾਈਟ 'ਤੇ ਜਾਂਦੇ ਹਾਂ, ਮੇਨ ਜ਼ੈਜ਼ਲ 'ਤੇ, ਮੇਨ ਪੇਜ 'ਤੇ, ਅਤੇ ਉੱਥੇ ਜਾਣ ਤੋਂ ਬਾਅਦ ਅਸੀਂ ਕੀ ਕਰਨਾ ਜੀ, ਆਪਣੇ ਇੱਥੇ ਸੇਲ 'ਤੇ ਆ ਜਾਣਾ। ਇਹ ਸੇਲ ਤੁਹਾਨੂੰ ਨਜ਼ਰ ਆ ਰਹੀ ਹੈ, ਸੇਲ 'ਤੇ ਕਲਿੱਕ ਕਰ ਲੈਣਾ। ਸੇਲ 'ਤੇ ਜਾਣ ਤੋਂ ਬਾਅਦ ਜਿੰਨੀ ਅਰਨਿੰਗ ਹੋਈ ਹੋਵੇ ਜੋ ਸਾਡੇ ਅਰਨਿੰਗ ਵਾਲੇ ਸੈਕਸ਼ਨ ਵਿੱਚ ਆ ਜਾਏਗੀ, ਇਸ ਸੈਕਸ਼ਨ ਵਿੱਚ ਇੱਥੇ ਕਲਿੱਕ ਕਰ ਲੈਣਾ। ਇਸ ਤੋਂ ਬਾਅਦ ਇਹ ਥੱਲੇ ਤੁਸੀਂ ਵੇਖ ਰਹੇ ਹੋ ਪੇਮੈਂਟ ਸੈਟਿੰਗ, ਇਹਦੇ 'ਤੇ ਆ ਜਾਣਾ। ਪੇਮੈਂਟ ਸੈਟਿੰਗ ਜਾਣ ਤੋਂ ਬਾਅਦ ਅਸੀਂ ਉਹਨਾਂ ਦੱਸਾਂਗੇ ਅਸੀਂ ਕਿਹੜੇ ਮੈਥਡ ਦੇ ਜ਼ਰੀਏ ਤੁਹਾਡੇ ਕੋਲ ਪੈਸੇ ਲੈਣਾ ਚਾਹੁੰਦੇ ਹਾਂ। ਇੱਥੇ ਪੇਮੈਂਟ ਮੈਥਡ ਦੇ 2 ਤਰੀਕੇ ਨੇ, ਇੱਕ ਪੇਪਾਲ ਹੈ ਅਤੇ ਪੇਪਾਲ ਪਾਕਿਸਤਾਨ ਵਿੱਚ ਨਹੀਂ ਹੈ, ਇਸ ਵਾਸਤੇ ਇਹ ਤਰੀਕਾ ਅਸੀਂ ਯੂਜ਼ ਕਰ ਨਹੀਂ ਸਕਦੇ। ਉਸ ਤੋਂ ਬਾਅਦ ਦੂਜਾ ਹੈ ਪਾਈ, ਇੱਥੇ ਪਾਈ ਇਨਫੋਰਮੇਸ਼ਨ ਦੇਣੀ ਹੈ, ਪਾਈ ਦਾ ਅਕਾਊਂਟ ਬਣਾਉਣਾ। ਤੁਸੀਂ ਪਾਈ ਦਾ ਅਕਾਊਂਟ ਅਗਰ ਤੁਸੀਂ ਨਹੀਂ ਬਣਾਏ ਆ, ਤੁਸੀਂ ਯੂਟਿਊਬ 'ਤੇ ਲਿਖੋ ਪਾਈ ਅਕਾਊਂਟ ਕਿਸ ਤਰ੍ਹਾਂ ਬਣਾਈਦਾ, ਹਾਊ ਟੂ ਕ੍ਰੀਏਟ ਪਾਈ ਅਕਾਊਂਟ। ਤੁਹਾਡੇ ਸਾਹਮਣੇ ਬਹੁਤ ਸਾਰੀਆਂ ਵੀਡੀਓਜ਼ ਆ ਜਾਣਦੀਆਂ, ਉਹਨਾਂ ਵੀਡੀਓ ਵਿੱਚ ਕੋਈ ਇੱਕ ਵੀਡੀਓ ਵੇਖੋ, ਉਹਨੂੰ ਵੇਖ ਕੇ ਅਕਾਊਂਟ ਬਣਾ ਕੇ ਅਤੇ ਉਹਦੀ ਇਨਫੋਰਮੇਸ਼ਨ ਇੱਥੇ ਐਡ ਕਰੋ ਅਤੇ ਤੁਸੀਂ ਵੈਬਸਾਈਟ ਕੋਲੋਂ ਪੈਸੇ ਲੈ ਲਵੋ। ਪਾਈ ਦੇ ਅਕਾਊਂਟ ਤੋਂ ਬਾਅਦ ਅਗਰ ਤੁਸੀਂ ਉੱਥੇ ਆਪਣਾ ਲੋਕਲ ਅਕਾਊਂਟ ਐਡ ਕਰੋਗੇ ਅਤੇ ਉੱਥੋਂ ਪੈਸੇ ਤੁਸੀਂ ਆਪਣੇ ਲੋਕਲ ਅਕਾਊਂਟ ਵਿੱਚ ਲੋਕਲ ਬੈਂਕ ਵਿੱਚ ਰਿਸੀਵ ਕਰ ਲਓਗੇ। ਅਤੇ ਦੋਸਤੋ ਇਹ ਅੱਜ ਦੀ ਸੌਖੀ ਜੀ ਵੈਬਸਾਈਟ ਸੀ ਜਿਹਦੇ ਤੁਸੀਂ ਡਿਜ਼ਾਇਨਿੰਗ ਕਰਕੇ ਅਤੇ ਅਰਨਿੰਗ ਕਰਨੀ ਹੈ, ਅਤੇ ਬੜਾ ਸੌਖਾ ਜਿਹਾ ਤਰੀਕਾ ਕਰ, ਸਾਰਾ ਤਰੀਕਾ ਤੁਹਾਨੂੰ ਮੈਂ ਸਟੈਪ ਬਾਏ ਸਟੈਪ ਸਾਰਾ ਦੱਸ ਦਿੱਤਾ। ਅਤੇ ਇਸ ਵਾਸਤੇ ਬਿਨਾਂ ਟਾਈਮ ਜ਼ਾਇਆ ਕੀਤੇ ਇਸ ਵੈਬਸਾਈਟ 'ਤੇ ਸਾਈਨ ਅਪ ਕਰੋ, ਅਕਾਊਂਟ ਬਣਾਓ ਅਤੇ ਇਸ ਵੈਬਸਾਈਟ ਤੋਂ ਅਰਨਿੰਗ ਸ਼ੁਰੂ ਕਰ ਲਵੋ। ਦੋਸਤੋ ਅਗਲੀ ਵੀਡੀਓ ਵਿੱਚ ਤੁਹਾਡੇ ਵਾਸਤੇ ਇੱਕ ਨਈ ਵੈਬਸਾਈਟ ਲੈ ਕੇ ਆਵਾਂਗੇ ਜਾਂ ਤੁਹਾਡੇ ਵਾਸਤੇ ਇੱਕ ਨਵੀਂ ਸਕਿੱਲ ਲੈ ਕੇ ਆਵਾਂਗੇ ਜਿਸ ਜ਼ਰੀਏ ਤੁਸੀਂ ਆਨਲਾਈਨ ਅਰਨਿੰਗ ਕਰ ਸਕੋ। ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ, ਆਪਣਾ ਤੇ ਆਪਣੇ ਘਰਾਂ ਦਾ ਬਹੁਤ ਸਾਰਾ ਖਿਆਲ ਰੱਖਿਆ ਜੇ, ਅਤੇ ਖਾਸ ਕਰਕੇ ਵਾਲਦੈਨ ਦਾ ਖਿਆਲ ਰੱਖਿਆ ਕਰੋ, ਉਹਨਾਂ ਦੀ ਖਿਦਮਤ ਕਰਿਆ ਕਰੋ। ਅਤੇ ਅਗਲੀ ਵੀਡੀਓ ਤੱਕ ਰੱਬ ਰੱਖਾ।